नहीं जेड़े बच्चे दे मापिया ने इल्जाम लगाए दसो तो सही जी सारे झूठे हैं जी की कहना चाहते हो जड़ी ये बच्चे दे नाल थोड़े एक बहुत गलत हरकत हुई है जी बच्चे नाल इना छोटा बच्चा और उपर ले जाके कुटिया मारिया हो इना घबराया होया बच्चा और इन्हां दे इत्थे तां पूरा गुंडागर्दी इन्होंने फैला रखी है जी इहदे ते तां बहुत सीरियस एक्शन लेना चाहिए जी क्योंकि अज की गल ये रोज़ रोज़ यही हो रहा है रोज बंदे बच्चे इतों निकलते डरते इन्हों तो इन्हों पूरा रस्ता घेरिया होंगे बच्चे खेल ही नहीं सकते ते तुसी जिहड़े सोसाइटी वालों कोई यह जिहा मता पास करोगे कि जिहड़े सिंगर बेशक उरे रह सकदा है पर जिहड़े बाउंसर है उन्हां ते कहीं बिल्कुल जी बिल्कुल अज ही यह पास होगा जी हाँ की मता पाओगे जी असीं यही कहांगे कि सिर्फ सिंगर इत्थे रहणगे जिहड़े उन्हां दी सिक्योरिटी हैगी जां उन्हां दे बाउंसर आ उन्हां नूं असीं अलाउ नहीं करांगे साडी एकमे दी अपनी सिक्योरिटी हैगी है वो पूरी सिक्योरिटी ध्यान रखदी है हर चीज़ का ਤੇ ਸਾਨੂੰ ਕੋਈ ਜ਼ਰੂਰਤ ਨਹੀਂ ਇਹਨਾਂ ਦੇ ਬਾਉਂਸਰਾਂ ਦੀ ਇਹਨਾਂ ਨੂੰ ਲੋੜ ਹੈ ਤਾਂ ਇਹ ਬਾਹਰ ਉਹਨਾਂ ਨੂੰ ਕਿਤੇ ਹੋਰ ਰੱਖ ਲੈਣ ਤੇ ਪੁਲਿਸ ਔਰ ਪ੍ਰਸ਼ਾਸਨ ਤੋਂ ਕਹੀ ਜੀ ਕਾਰਵਾਈ ਦੀ ਮੰਗ ਚਾਹੁੰਦੇ ਬਿਲਕੁਲ ਸੀਰੀਅਸ ਐਕਸ਼ਨ ਮੰਗਦੇ ਜੀ ਕੱਲ ਪੁਲਿਸ ਨੇ ਵੀ ਰਾਤੀ ਇਹਨੂੰ ਲੈ ਕੇ ਗਏ ਸੀਗੇ ਲੇਕਿਨ ਸਵੇਰੇ ਦੇਖਿਆ ਉਹਨੂੰ ਛੱਡ ਦਿੱਤਾ ਗਿਆ ਮਤਲਬ ਪੁਲਿਸ ਵੀ ਦਬਾਅ ਦੇ ਵਿੱਚ ਹੈਗੀ ਹੈ ਜੀ ਹਾਂ ਹਾਂਜੀ ਤੇ ਕੀ ਮੰਗ ਚਾਹੁੰਦੇ ਹੋ ਜੀ ਤੁਸੀਂ ਬਿਲਕੁਲ ਇਹ ਚਾਹੁੰਦੇ ਕਿ ਸੀਰੀਅਸ ਐਕਸ਼ਨ ਲਿੱਤਾ ਜਾਵੇ ਜੀ ਉਹਨਾਂ ਦੇ ਪ੍ਰਤੀ ਸੀਰੀਅਸ ਐਕਸ਼ਨ ਲਿੱਤਾ ਜਾਵੇ ਤੇ ਉਹ ਤੇ ਕਾਰਵਾਈ ਕੀਤੀ ਜਾਵੇ ਇਮੀਡੀਏਟਲੀ ਅਸੀਂ ਜਾ ਰਹੇ ਹਾਂ ਜੀ ਸਾਰੇ ਅਸੀਂ ਥਾਣੇ ਜਾ ਰਹੇ ਹਾਂ ਹਾਂਜੀ ਅਸੀਂ ਰਾਤ ਵੀ ਜਿਹੜੇ ਪੁਲਿਸ ਅਫਸਰ ਔਨ ਡਿਊਟੀ ਜਿਹੜੇ ਹੈਗੇ ਸੀ ਬੁਲਾਏ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਵੇਰੇ ਆਓ ਤੁਸੀਂ ਅਸੀਂ ਤੁਹਾਡੀ ਦਰਖਾਸਤ ਲਵਾਂਗੇ ਅਸੀਂ ਜਾ ਰਹੇ ਹਾਂ ਸਾਰੇ ਮਿਲ ਕੇ ਜੀ ਅਗਰ ਕੋਈ ਇਸ ਰਣਜੀਤ ਬਾਬਾ ਜੋ ਗਾਇਕ ਹੈ ਗਾਇਕੀ ਨੂੰ ਲੋਕ ਮੰਨਦੇ ਆ ਤੇ ਲੋਕਾਂ ਦੀ ਬਦੌਲਤ ਹੀ ਪਿਆਰ ਦੀ ਬਦੌਲਤ ਗਾਇਕ ਚੜ੍ਹਦੇ ਨੇ ਅਗਰ ਫੇਰ ਵੀ ਉਸ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਫੇਰ ਕੀ ਕਰੋਗੇ ਜੀ ਬਹੁਤ ਗਲਤ ਹੈ ਫਿਰ ਆ ਦੇਖੋ ਕੁਝ ਅਸੀਂ ਸੁਸਾਇਟੀ 'ਚ ਘੱਟ ਤੋਂ ਘੱਟ 100 ਬੱਚਾ ਰਹਿੰਦਾ ਇੱਥੇ ਠੀਕ ਹੈ ਅੱਜ ਤਾਂ ਜੀ ਮੁੰਡਾ ਜੀ 13 ਸਾਲ ਦਾ ਕੋਈ ਕੁੜੀ ਵੀ ਹੋ ਸਕਦੀ ਸੀ ਐਸੇ ਇਸ ਤਰ੍ਹਾਂ ਕਿਸੇ ਬੱਚੇ ਨੂੰ ਆਦੇ ਫਲੈਟ 'ਚ ਬੁਲਾਉਣਾ ਜੀ ਕੋਈ ਚੰਗੀ ਗੱਲ ਨਹੀਂ ਹੈ ਠੀਕ ਹੈ ਉਹਨਾਂ ਨੂੰ ਕੋਈ ਤਕਲੀਫ ਸੀ ਕੋਈ ਬੱਚੇ ਨੇ ਕੁਝ ਬੋਲ ਦਿੱਤਾ ਸੀ ਉਹਨਾਂ ਨੇ ਪੇਰੈਂਟਸ ਨਾਲ ਗੱਲ ਕਰਨੀ ਚਾਹੀਦੀ ਸੀ ਐਟਲੀਸਟ ਉਹ ਤਾਂ ਬਹੁਤ ਵੱਡੇ ਨੇ ਸੈਲੀਬ੍ਰਿਟੀ ਨੇ ਉਹਨਾਂ ਕੋਲ ਜਿਹੜਾ ਪੇਸ਼ੈਂਸ ਹੋਣਾ ਚਾਹੀਦਾ ਕਿ ਲੋਕ ਕੁਝ ਵੀ ਸੈਲੀਬ੍ਰਿਟੀ ਬਾਰੇ ਕਹਿੰਦੇ ਨੇ ਤਾਂ ਪੇਸ਼ੈਂਟਲੀ ਹੈਂਡਲ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀ ਜੀ ਸਾਡੀ ਸੁਸਾਇਟੀ 'ਚ ਅਸੀਂ ਤਾਂ ਬਰਦਾਸ਼ਤ ਨਹੀਂ ਕਰਾਂਗੇ ਠੀਕ ਹੈ ਅਸੀਂ ਸੁਸਾਇਟੀ ਦੀ ਤਰਫ ਤੋਂ ਵੀ ਐਕਸ਼ਨ ਲਵਾਂਗੇ ਜੋ ਵੀ ਹੋ ਸਕਦਾ ਅਤੇ ਅਸੀਂ ਹੁਣ ਥਾਣੇ ਜਾ ਰਹੇ ਹਾਂ ਆਦਿ ਕੰਪਲੇਂਟ ਲਿਖਵਾਉਣ